ਹੁਣ ਜਦੋਂ ਉਹ ਸਾਜ਼ਾਂ ਦੀ ਦੁਕਾਨ ਕੋਲੋਂ ਲੰਘਦਾ ਹੈ ਨੀਵੀਂ ਪਾ ਲੈਂਦਾ ਹੈ ਇਹ ਸਾਰੇ ਸਾਜ਼ ਉਸਦੇ ਘਰ ਪਏ ਨੇ ਕਦੀ ਉਹ ਵੀ ਸਮਾਂ ਸੀ ਉਹ ਮੈਂਡੋਲਿਨ ਦਾ ਮੁੱਲ ਪੁੱਛ ਕੇ ਲੰਘਦਾ ਸੀ ਅਤੇ ਤਾਰਾਂ ਨੂੰ ਟਣਕਾ ਕੇ ਸੋਚਦਾ ਸੀ ਸਾਜ਼ ਉਸਦਾ ਨਹੀਂ ਹੁੰਦਾ ਜੋ ਉਸਨੂੰ ਮੁੱਲ ਲੈਂਦਾ ਹੈ ਜੋ ਉਸ 'ਚੋਂ ਖੂਬਸੂਰਤ ਤਰਜ਼ਾਂ ਕੱਢੇ ਉਸਦਾ ਹੁੰਦਾ ਹੈ ਅਤੇ ਫਿਰ ਇੱਕ ਸ਼ਾਮ ਉਸਦੇ ਘਰ ਵੀ ਮੈਂਡੋਲਿਨ ਆਈ ਕਈ ਸ਼ਾਮਾਂ ਕਈ ਰਾਤਾਂ ਕਈ ਦਿਨ ਬੀਤ ਗਏ ਹਾਰੇ ਜਿਹੇ ਛਿਤੇ ਪਏ ਉਲਝੇ ਜਿਹੇ ਜੋ ਉਸਦੇ ਮਨ 'ਚ ਤਰਜ਼ਾਂ ਸਨ ਉਹ ਹੱਥਾਂ ਵਿੱਚ ਨਾ ਆਈਆਂ ਅਤੇ ਉਸਨੇ ਸੋਚਿਆ ਹਰ ਸਾਜ਼ਿੰਦੇ ਦੇ ਕਾਬਿਲ ਨਹੀਂ ਹੁੰਦਾ ਮੇਰਾ ਸਾਜ਼ ਕੋਈ ਹੋਰ ਹੈ ਦੂਜਾ ਸਾਜ਼ ਤੀਜਾ ਸਾਜ਼ ਸੱਤਵਾਂ ਸਾਜ਼ ਉਸਨੇ ਕਈ ਸਾਜ਼ ਬਦਲੇ ਜੋ ਉਸਦੇ ਮਨ 'ਚ ਤਰਜ਼ਾਂ ਸਨ ਉਹ ਹੱਥਾਂ ਵਿੱਚ ਨਾ ਆਈਆਂ ਹੁਣ ਉਹ ਸਾਜ਼ ਉਸਦੇ ਸੁਪਨਿਆਂ ਵਿੱਚ ਆਣ ਕੇ ਉਸਨੂੰ ਡਰਾਉਂਦੇ ਨੇ ਉਹ ਸਾਰੇ ਸਾਜ਼ ਇਕੱਠੇ ਬੇਸੁਰੇ ਮਾਤਮ ਜਿਹੀ ਆਵਾਜ਼ ਕਰਦੇ ਨੇ ਸਾਨੂੰ ਆਜ਼ਾਦ ਕਰ ਦੇ ਅਸੀਂ ਤੇਰੇ ਨਹੀਂ ਹਾਂ ਉਸਦੀ ਜਾ ਖੁੱਲ੍ਹਦੀ ਹੈ ਸਾਜ਼ ਚੁੱਪ ਚਾਪ ਸੁੱਤੇ ਪਏ ਹੁੰਦੇ ਚਮਕਦੇ ਸਾਜ਼ ਕੱਸੇ ਤਾਰ ਉਸਦੇ ਆਪਣੇ ਫਿਰ ਵੀ ਉਹ ਕਿਸੇ ਦੀ ਤਾਰ ਤੱਕ ਨੂੰ ਹੱਥ ਨਹੀਂ ਲਾਉਂਦਾ ਉਹ ਡਰਦਾ ਹੈ ਜੇ ਉਸਨੇ ਛੇੜਿਆ ਤਾਂ ਟਿਕੀ ਹੋਈ ਰਾਤ ਅੰਦਰ ਸਾਜ਼ ਉੱਚੀ ਕੂਕ ਉੱਠੇਗਾ ਚੋਰ ਕੋਈ ਚੋਰ ਪਰਾਇਆ ਆਦਮੀ ਉਸਦੇ ਹੱਥ ਗੁਨਾਹਗਾਰਾਂ ਦੇ ਵਾਂਗੂ ਕੰਬਦੇ ਨੇ ਕਮੀਨੇ ਹੱਥ ਨਿਕਾਰੇ ਹੱਥ ਉਠਾ ਕੇ ਉਹ ਸਾਜ਼ਾਂ ਨੂੰ ਮਨ ਹੀ ਮਨ ਆਖਦਾ ਹੈ ਜੋ ਮੇਰੇ ਮਨ 'ਚ ਤਰਜ਼ਾਂ ਨੇ ਜ਼ਾਲਿਮੋ ਤੁਸੀਂ ਕੀ ਜਾਣੋ ਤੁਸੀਂ ਸਥੂਲ ਹੋ ਸੂਖਮ ਨੂੰ ਕੀ ਸਮਝੋ ਉਹ ਬੋਲੀ ਜਾਂਦਾ ਨਾਲੇ ਆਸ ਕਰਦਾ ਹੈ ਕਿ ਉਸਦੇ ਇਹਨਾਂ ਬੋਲਾਂ ਨਾਲ ਕੋਈ ਸਾਜ਼ ਪਿਘਲੇਗਾ ਅਤੇ ਅਨਹਤ ਨਾਦ ਵੱਜੇਗਾ ਆਖਰ ਹਾਰ ਕੇ ਉਹ ਲੇਟ ਜਾਂਦਾ ਹੈ ਆਪਣੇ ਕੰਬਦੇ ਹੱਥਾਂ ਨੂੰ ਛਾਤੀ ਨਾਲ ਲਾ ਕੇ ਛਾਤੀ ਹੇਠ ਤਰਜ਼ਾਂ ਸੁੱਤੀਆਂ ਨੇ ਛਾਤੀ ਉੱਤੇ ਹੱਥ ਉਹ ਅਕਸਰ ਸੋਚਦਾ ਹੈ ਫਰਕ ਤਾਂ ਥੋੜ੍ਹਾ ਜਿਹਾ ਹੈ ਦੋਸਤੋ ਇਹ ਸੀ ਕਵਿਤਾ ਵਜੰਤਰੀ ਸੁਰਜੀਤ ਪਾਤਰ ਜੀ ਦੁਆਰਾ ਲਿਖੀ ਹੋਈ ਧੰਨਵਾਦ